ਇਹਨਾਂ ਦਿਨਾਂ ਦੇ ਵਿੱਚ ਕਾਫੀ ਰਾਜਸੀ ਤੌਰ ਤੇ ਭਾਈ ਅਮਰਤਪਾਲ ਸਿੰਘ ਦੇ ਮੁੱਦੇ ਨੂੰ ਬੜਾ ਉਭਾਰਿਆ ਗਿਆ ਰਾਜ ਕਰਨ ਵਾਲੀ ਪਾਰਟੀ ਵਿਰੋਧੀ ਪਾਰਟੀਆਂ ਨੇ ਕਾਫੀ ਕਈ ਦਿਨ ਟੀਵੀ ਮੀਡੀਆ ਦੇ ਉੱਤੇ ਡਿਬੇਟਾਂ ਚੱਲਦੇ ਰਹੀਆਂ ਅੰਮ੍ਰਿਤ ਛਕਾਉਣਾ ਜਾਂ ਸਿੱਖੀ ਸਰੂਪ ਵਿੱਚ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਜੇ ਅਸੀਂ ਪੰਜਾਬ 'ਚ ਰਹਿ ਕੇ ਇਹਨਾਂ ਵੀ ਨਹੀਂ ਕੁਝ ਕਰ ਸਕਦੇ ਤੇ ਜਦੋਂ ਸਰਕਾਰ ਸਾੜ ਤੇ ਪਾਬੰਦੀਆਂ ਲਾਉਂਦੀ ਹੈ ਤੇ ਫਿਰ ਤਾਂ ਮੇਰੇ ਕਲੇ ਇਹ ਤੋਂ ਗੁਲਾਮੀ ਤਾਂ ਹੋਰ ਕੋਈ ਸਿੱਖਾਂ ਤੇ ਹੋ ਨਹੀਂ ਸਕਦੀ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਜਦੋਂ ਆਗਾਜ਼ ਹੁੰਦਾ ਦੀਪ ਸਿੰਘ ਸਿੱਧੂ ਸੀ ਉਹ ਤੋਂ ਬਾਅਦ ਭਾਈ ਅਮਰਪਾਲ ਸਿੰਘ ਨੂੰ ਜਿਹੜੀ ਜਿੰਮੇਵਾਰੀ ਮਿਲਦੀ ਹੈ ਤਾਂ ਪੰਜਾਬ ਵਿੱਚ ਨਸ਼ਾ ਬਹੁਤ ਹੈ ਮਾਝੇ ਵਿੱਚ ਵੀ ਹੈ ਦੁਆਬੀ ਵਿੱਚ ਵੀ ਹੈ ਇਸ ਇਲਾਕੇ ਹੀ ਤੁਹਾਡਾ ਆਪਣਾ ਇਲਾਕਾ ਸ੍ਰੀ ਮੁਕਤਸਰ ਸਾਹਿਬ ਇੱਥੇ ਵੀ ਹੈਗਾ ਮੇਰਾ ਖਿਆਲ ਹੈ ਜਿੰਨਾ ਧਰਮ ਦਾ ਨੁਕਸਾਨ ਜਾਂ ਗੁਰਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਅਕਾਲੀ ਸਰਕਾਰ ਵੇਲੇ ਹੋਇਆ ਉਹ ਕਿਸੇ ਵੇਲੇ ਵੀ ਨਹੀਂ ਹੋਇਆ ਫਿਰ ਕੈਪਟਨ ਸਾਹਿਬ ਦੀ ਸਰਕਾਰ ਉਹਨਾਂ ਨੇ ਗੁਟਕਾ ਫੜ ਕੇ ਦਮਦਮਾ ਸਾਹਵਲ ਹੱਥ ਕਰਕੇ ਕਿਆ ਅਸੀਂ ਮੈਂ 1 ਮਹੀਨੇ ਚ ਨਸ਼ਾ ਮੁਕਤ ਕਰਦੇ ਆਉਂਗਾ ਪੰਜਾਬ ਨੂੰ ਤੇ ਉਹ ਸਿਆਸਤਦਾਨ ਬੰਦਿਆਂ ਦੀਆਂ ਸੌਵਾਂ ਵੀ ਇਹੋ ਜਿਹੀਆਂ ਹੁੰਦੀਆਂ ਨੇ ਕਾਲੀਆਂ ਨੇ ਕੁਛ ਨਹੀਂ ਕੀਤਾ ਕਾਂਗਰਸ ਨੇ ਕੁਛ ਨਹੀਂ ਕੀਤਾ ਸ਼ਾਇਦ ਆਪ ਵਾਲਿਆਂ ਨੂੰ ਵੇਖ ਲਈਏ ਲੋਕਾਂ ਨੂੰ ਬੜਾ ਇਸ ਗੱਲ ਦਾ ਚਾਅ ਸੀ ਵੀ ਅਸੀਂ ਆਪ ਵਾਲਿਆਂ ਨੂੰ ਮੌਕਾ ਦਈਏ ਤੇ ੜਾ ੜਾ ਆਮ ਬੰਦੇ ਜਿਹੜੇ ਸਧਾਰਨ ਜਿਹਨੂੰ ਟਿਕਟ ਮਿਲ ਗਈ ਉਹ ਵੀ ਜਿੱਤ ਗਿਆ ਬੜੇ ਬੜੇ ਥੰਮ ਟਿਕ ਪਏ ਤੇ ਲੋਕਾਂ ਦਾ ਉਹ ਵੀ ਮੇਰੇ ਖਾਲ ਸਾਲ ਚ ਸ਼ੌਂਕ ਪੂਰਾ ਹੋ ਗਿਆ ਹੈ ਉਹ ਭਗਵੰਤ ਮਾਨ ਦੀ ਸਰਕਾਰ ਨੇ ਵੀ ਜਲੂਸ ਕਢ ਕੇ ਰੱਖਦਾ ਦਰ ਹਕੀਕਤ ਜਿਹੜੀ ਪੰਜਾਬ ਆ ਇਹਨੂੰ ਸਾਰੇ ਜਿਹੜੇ ਸਿਆਸਤਦਾਨ ਨੇ ਮੈਂ ਜੋ ਸਮਝਦਾ ਇਹਨੂੰ ਖਤਮ ਕਰਦੇ ਤੁੱਲੇ ਨੇ ਸੈਂਟਰ ਦੀਆਂ ਸਰਕਾਰਾਂ ਹੋਣ ਸਾਡੀਆਂ ਸਰਕਾਰਾਂ ਹੋਣ ਅੱਜ ਪੰਜਾਬ ਦੇ ਵਿੱਚ ਜਿਹੜੀ ਜਵਾਨੀ ਸਾਡੀ ਉਹ ਨਸ਼ਿਆਂ ਦੀ ਦਲਦਲ ਚ ਫਸਦੀ ਜਾ ਰਹੀ ਹੈ ਤੇ ਨੌਜਵਾਨ ਜਿਹੜੇ ਨੇ ਪਤਤਪੁਰ ਨੇ ਦੇ ਵਹਿਣ ਵਿੱਚ ਰੁੜ ਰਹੇ ਨੇ ਥਾਵਾ ਥਾਵਾ ਤੇ ਗੁਰੂ ਗ੍ਰੰਥ ਸਾਹਿਬ ਦੀ ਆ ਥੋੜੇ ਦਿਨ ਪਹਿਲਾਂ ਮਰੀਂਡੇ ਵੇਖ ਲੋ ਕੀ ਹੋਇਆ ਤੇ ਇਸ ਤਰ੍ਹਾਂ ਬੇਅਦਬੀ ਹੋ ਰਹੀ ਹੈ ਕੀ ਇਹ ਵਹਿਿਰ ਨੂੰ ਤੁਹਾਡੇ ਵੱਲੋਂ ਮੋੜ ਤੋਂ ਸ਼ੁਰੂ ਕਰਨਾ ਕੀ ਤੁਹਾਡਾ ਮਤਪਾਲ ਸਿੰਘ ਨਾਲ ਕਦੇ ਮੀਲ ਹੋਇਆ ਸੀ ਜਾਂ ਉਹਨਾਂ ਤੁਹਾਨੂੰ ਕਿਹਾ ਸੀ ਮੇਰੇ ਤੋਂ ਬਾਅਦ ਤੁਸੀਂ ਤੋਰ ਲੋ 13 ਤਰੀਕ ਜਿਹੜੀ ਆ ਸਨੀਚਰਵਾਰ ਦਾ ਦਿਨ ਅਸੀਂ ਸ੍ਰੀ ਮੁਕਤਸਰ ਸਾਹਿਬ ਤੋਂ ਇਹ ਸ਼ੁਰੂ ਕਰਕੇ ਦਮਦਮਾ ਸਾਹਿਬ ਜਿਹੜੀ ਆ ਉਹ ਲੈ ਕੇ ਜਾਣ ਦਾ ਪ੍ਰੋਗਰਾਮ ਲੀਕਿਆ। ਸੰਤ ਬਾਬਾ ਕਰਤਾਰ ਸਿੰਘ ਜੀ ਨੇ ਉਸ ਵੇਲੇ ਜਦੋਂ ਕੋਈ ਵੀ ਨਹੀਂ ਸੀ ਲੀਡਰ ਜੇਲਾਂ ਵੀ ਸੀ ਕੋਈ ਜਥੇਬੰਦੀ ਨਹੀਂ ਸੀ ਅੱਗੇ ਤੁਰ ਰਹੀ ਤਾਂ ਉਹਨਾਂ ਨੇ ਐਮਰਜੈਂਸੀ ਦੇ ਸਮੇਂ ਵਿੱਚ ਸੈੰਤੀ ਨਗਰ ਕੀਰਤਨ 1975 ਵਿੱਚ ਕੱਢਿਆ ਸੀ। ਜਿਹੜਾ ਸਿੱਖੀ ਦਾ ਹੋਕਾ ਸਾਡਾ ਸਾਰਿਆਂ ਦਾ ਕਰਮ ਧਰਮ ਫਰ ਗਿਆ। ਉਹ ਦਮ ਦਮ ਟਕਸਾਲ ਭਾਵੇਂ ਅੱਗੇ ਵੀ ਕਰਦੀ ਆ ਧਰਮ ਪ੍ਰਚਾਰ ਸਾਡਾ ਕਰਮ ਆ ਉਹ ਕਰਨ ਵਾਸਤੇ ਅਸੀਂ ਇਹ ਜੋ ਆ ਨਗਰ ਕੀਰਤਨ ਦਰੂਪ ਵਿੱਚ ਇਹ ਸ਼ੁਰੂ ਕਰ ਰਹੇ ਆ ਆ ਭਾਈ ਅਮਰਤਪਾਲ ਸਿੰਘ ਮੁਖੀ ਵਾਰਿਸ ਪੰਜਾਬ ਦੇ ਦੀ ਗ੍ਰਿਫਤਾਰੀ ਤੋਂ ਬਾਅਦ ਬਹੁਤ ਸਾਰੇ ਪੰਜਾਬ ਦੇ ਸਿੱਖਾਂ ਤੇ ਵਿਸ਼ਵ ਭਰ ਦੇ ਸਿੱਖਾਂ ਦੇ ਮੰਨਾਂ ਦੇ ਵਿੱਚ ਇੱਕੋ ਹੀ ਵੱਡਾ ਸਵਾਲ ਸੀ ਕਿ ਕੀ ਭਾਈ ਅਮਰਤਪਾਲ ਸਿੰਘ ਦੁਆਰਾ ਤੋਰੀ ਹੋਈ ਲਹਿਰ ਖਾਲਸਾ ਵਹਿੀਰ ਹੁਣ ਖਤਮ ਹੋ ਗਈ ਹੈ ਜਾਂ ਮੁੜ ਸ਼ੁਰੂ ਹੋਏਗੀ ਤਾਂ ਦਮਦਮੀ ਟਕਸਾਲ ਸੰਗਰਾਮਾਂ ਤੋਂ ਮੁਖੀ ਭਾਈ ਰਾਮ ਸਿੰਘ ਜੀ ਸਿੰਘ ਸਾਹਿਬ ਜਿਨ੍ਹਾਂ ਨੇ ਪਿਛਲੇ ਦਿਨੀ ਇਸ ਗੱਲ ਦਾ ਜਿਹੜਾ ਕਿ ਆਵਾਜ਼ਆ ਦਿੱਤਾ ਹੋਕਾ ਦਿੱਤਾ ਕਿ ਅਸੀਂ ਖਾਲਸਾ ਵਹਿੀਰ ਨੂੰ 40 ਮੁਕਤੀਆਂ ਦੀ ਤਰ ਤੀਸਰੀ ਮੁਕਤਸਰ ਸਾਹਿਬ ਤੋਂ ਸ਼ੁਰੂ ਕਰਾਂਗੇ ਜਿੱਥੋਂ ਭਾਈ ਅਮਰਪਾਲ ਸਿੰਘ ਨੇ 18 ਮਾਰਚ 19 ਮਾਰਚ ਨੂੰ ਸ਼ੁਰੂ ਕਰਨੀ ਸੀ ਸਾਡੇ ਨਾਲ ਮੌਜੂਦ ਨੇ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਅਸੀਂ ਕੁਝ ਸਮਾਂ ਇਸ ਵਹਿੀਰ ਬਾਰੇ ਜਿਹੜਾ ਗੱਲਬਾਤ ਕਰਾਂਗੇ ਸਿੰਘ ਸਾਹਿਬ ਜੀ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਜੀ ਖਾਲਸਾ ਵਹੀਰ ਸ੍ਰੀ ਮੁਕਤਸਰ ਸਾਹਿਬ ਤੋਂ ਤਰੀਕ ਦੀ ਤਬਦੀਲੀ ਹੋਈ ਹੈ ਪਹਿਲਾਂ ਉਹਨਾਂ ਤੇ ਥੋੜਾ ਵਿਸਥਾਰ ਦੇ ਦਿਓ ਵਜ੍ਹਾ ਕੀ ਹੈ 4 ਮਈ ਤੋਂ ਅੱਗੇ ਕਿਉਂ ਪਾਈ ਗਈ ਹੈ ਔਰ ਮਕਸਦ ਕੀ ਹੈਗੇ ਅਸੀਂ ਇਹ ਖਾਲਸਾ ਵਹੀਰ ਜਿਹੜੀ ਹੈ ਸ੍ਰੀ ਦਮਦਮਾ ਸਾਹਿਬ ਲੈ ਕੇ ਪਹੁੰਚਣਾ ਸੀ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸ੍ਰੀ ਮੁਕਤਸਰ ਸਾਹਿਬ ਤੋਂ ਉਹਦਾ ਅਸੀਂ ਸ਼ਹੀਦੀ ਦਿਹਾੜਾ 40 ਮੁਕਤੀਆਂ ਦਾ ਜੋ 4 ਤਰੀਕ ਨੂੰ ਆ ਰਿਹਾ ਸੀ ਉਸ ਤੇ ਦਿਨ ਰੱਖਿਆ ਸੀ ਲੇਕਿਨ ਸਿੱਖ ਜਥੇਬੰਦੀਆਂ ਵੱਲੋਂ ਆਮ ਸੰਗਤਾਂ ਵੱਲੋਂ ਕਿਉਂਕਿ ਇਸ ਸੀਜ਼ਨ ਕੰਮ ਦਾ ਬਹੁਤ ਜ਼ਿਆਦਾ ਕਣਕ ਦਾ ਚਲ ਰਿਹਾ ਵਾਢੀ ਦਾ ਧੂੜੀ ਬਣਾਉਣ ਦਾ ਸੋ ਸਾਰੇ ਹਾਲਾਤਾਂ ਨੂੰ ਮੁੱਖ ਰੱਖ ਕੇ ਸਾਨੂੰ ਸਾਰਿਆਂ ਨੇ ਇਹ ਸੁਝਾਅ ਦਿੱਤਾ ਵੀ ਇਹਨੂੰ ਥੋੜਾ ਜਿਹਾ ਹਫ਼ਤਾ ਤੱਕ ਲੇਟ ਕਰ ਲਿਆ ਜਾਵੇ ਤਾਂ ਕਿ ਕਮਾਂਕਾਰਾਂ ਤੋਂ ਜਿਹੜੇ ਸਾਰੇ ਵੀਰ ਨੇ ਉਹ ਵਿਹਲੇ ਹੋ ਸਕਣ ਉਹਦੇ ਲਈ ਅਸੀਂ ਫਿਰ ਸਾਰਿਆਂ ਦੇ ਸਲਾਹ ਦੇ ਨਾਲ 13 ਤਰੀਕ ਜਿਹੜੀ ਐ ਸਨੀਚਰਵਾਰ ਦਾ ਦਿਨ ਅਸੀਂ ਸ੍ਰੀ ਮੁਕਤਸਰ ਸਾਹਿਬ ਤੋਂ ਇਹ ਸ਼ੁਰੂ ਕਰਕੇ ਦਮਦਮਾ ਸਾਹਿਬ ਜਿਹੜੀ ਆ ਉਹ ਲੈ ਕੇ ਜਾਣ ਦਾ ਪ੍ਰੋਗਰਾਮ ਲੀਕਿਆ ਚਾਰ ਦੀ ਥਾਂ ਤੇ ਅਸੀਂ ਹੁਣ 13 ਤਰੀਕ ਨੂੰ ਲੈ ਕੇ ਜਾਵਾਂਗੇ ਸਿੰਖ ਸਰ ਜੀ ਜਿੱਦਾਂ ਮੈਂ ਕਿਹਾ ਕਿ ਅਮਰਪਾਲ ਸਿੰਘ ਦੇ ਉਸ 18 ਮਾਰਚ ਵਾਲੇ ਜਿਹੜਾ ਬਿਰਤਾਂਤ ਤੋਂ ਬਾਅਦ ਜਦੋਂ ਪੁਲਿਸ ਉਹਨਾਂ ਦੇ ਜਥੇ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਤੀ ਹੈ ਸਾਰੇ ਦੇ ਮਨ ਵਿੱਚ ਕੀ ਉਹ ਵਹੀਰ ਰੁਕ ਜਾਊਗੀ ਤਾਂ ਸਹਿਮ ਦਾ ਵੀ ਮਾਹੌਲ ਬਣ ਰਿਹਾ ਬੜੀਆਂ ਵੱਡੀ ਪੱਧਰ ਤੇ ਗ੍ਰਿਫਤਾਰੀਆਂ ਹੋਈਆਂ ਪੁਲਿਸ ਨੇ ਜਿਹੜਾ ਹੈਗਾ ਬੜੀ ਸ਼ਕਤੀ ਵੀ ਕਰੀ ਰੱਖੀ ਤਾਂ ਮੇਰਾ ਸਵਾਲ ਇਹ ਹੈਗਾ ਕਿ ਇਹ ਵਹੀਰ ਨੂੰ ਤੁਹਾਡੇ ਵੱਲੋਂ ਮੋੜ ਤੋਂ ਸ਼ੁਰੂ ਕਰਨਾ ਕੀ ਤੁਹਾਡਾ ਅਮਰਪਾਲ ਸਿੰਘ ਨਾਲ ਕਦੇ ਮੇਲ ਹੋਇਆ ਸੀ ਜਾਂ ਉਹਨਾਂ ਤੁਹਾਨੂੰ ਕਿਹਾ ਸੀ ਮੇਰੇ ਤੋਂ ਬਾਅਦ ਤੁਸੀਂ ਤੋੜ ਲਓ ਜਾਂ ਜਥੇ ਵੱਲੋਂ ਆਪਣੇ ਆਪ ਹੀ ਬਣਿਆ ਵੀ ਹਾਂ ਇਹਨੂੰ ਤੋੜਨਾ ਚਾਹੀਦਾ ਹੈ ਵੇਖੋ ਦਮਦਮੀ ਟਕਸਾਲ ਦਾ ਕਰਮ ਧਰਮ ਰਿਆ ਸਾਡੇ ਵੱਡਿਆਂ ਨੇ ਵੀ ਐਮਰਜੈਂਸੀ ਦੌਰਾਨ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਉਸ ਵੇਲੇ ਜਦੋਂ ਕੋਈ ਵੀ ਨਹੀਂ ਸੀ ਲੀਡਰ ਜੇਲਾਂ ਵੀ ਸੀ ਕੋਈ ਜਥੇਬੰਦੀ ਨਹੀਂ ਸੀ ਅੱਗੇ ਤੁਰ ਰਹੀ ਤਾਂ ਉਹਨਾਂ ਨੇ ਐਮਰਜੈਂਸੀ ਦੇ ਸਮੇਂ ਵਿੱਚ ਸੈੰਤੀ ਨਗਰ ਕੀਰਤਨ 1975 ਵਿੱਚ ਕੱਢੇ ਸੀ ਅੱਜ ਪੰਜਾਬ ਦੇ ਵਿੱਚ ਜਿਹੜੀ ਜਵਾਨੀ ਸਾਡੀ ਉਹ ਨਸ਼ਿਆਂ ਦੀ ਦਲਦਲ ਚ ਫਸਦੀ ਜਾ ਰਹੀ ਹੈ ਤੇ ਨੌਜਵਾਨ ਜਿਹੜੇ ਨੇ ਉਹ ਪਤਤਪੁਰ ਦੇ ਵਹਿਣ ਵਿੱਚ ਰੁੱੜ ਰਹੇ ਨੇ ਥਾਵਾ-ਥਾਵਾ ਤੇ ਗੁਰੂ ਗ੍ਰੰਥ ਸਾਹਿਬ ਦੀ ਆ ਥੋੜੇ ਦਿਨ ਪਹਿਲਾਂ ਮਰੀਂਡੇ ਵੇਖ ਲਓ ਕੀ ਹੋਇਆ ਤੇ ਇਸ ਤਰ੍ਹਾਂ ਬੇਅਦਬੀ ਹੋ ਰਹੀ ਹੈ ਤੇ ਉਸ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਵਾਸਤੇ ਜਿਹੜਾ ਭਾਈ ਅਮਰਤਪਾਲ ਸਿੰਘ ਨੇ ਸ਼ੁਰੂ ਕੀਤਾ ਸੀ ਬਹੁਤ ਵਧੀਆ ਸ਼ਲਾਘਾ ਯੋਗ ਸੀ ਅਸੀਂ ਉਹਦਾ ਸਾਥ ਦਿੰਦੇ ਰਹੇ ਤੇ ਦਮਦਮ ਟਕਸਾਲ ਹੋਣ ਦੇ ਸਮੇਂ ਵਿੱਚ ਵੀ ਇਹ ਫਰਜ ਸਮਝਦੀ ਆ ਕਿ ਨਰੋਲ ਧਾਰਮਿਕ ਜਿਹੜੇ ਚ ਕੋਈ ਆਵਾਜ਼ ਆਵਾਜ਼ ਨਹੀਂ ਸਿਰਫ ਅੰਮ੍ਰਿਤ ਛਕੋ ਨਸ਼ਿਆਂ ਤੋਂ ਮੁਕਤ ਹੋਵੋ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਸਦਾਤ ਨਾਲ ਜੁੜੋ ਜਿਹੜਾ ਸਿੱਖੀ ਦਾ ਹੋਕਾ ਸਾਡਾ ਸਾਰਿਆਂ ਦਾ ਕਰਮ ਧਰਮ ਫਰਜ ਉਹ ਦਮ ਤਮ ਟਕਸਾਲ ਭਾਵੇਂ ਅੱਗੇ ਵੀ ਕਰਦੀ ਆ ਧਰਮ ਪ੍ਰਚਾਰ ਸਾਡਾ ਕਰਮ ਆ ਉਹ ਕਰਨ ਵਾਸਤੇ ਅਸੀਂ ਇਹ ਜੋ ਆ ਨਗਰ ਕੀਰਤਨ ਦੇ ਰੂਪ ਵਿੱਚ ਇਹ ਸ਼ੁਰੂ ਕਰ ਰਹੇ ਆਂ ਸਿੰਘ ਸਾਹਿਬ ਜੀ ਰੂਟ ਪਲਾਨ ਕੀ ਹੋਏਗਾ ਸ੍ਰੀ ਮੁਕਤਸਰ ਸਾਹਿਬ ਤੋਂ ਕੀ ਗੁਰੂ ਗੋਬਿੰਦ ਸਿੰਘ ਮਾਰਗ ਰਾਹੀਂ ਅੱਗੇ ਨੂੰ ਜਾਇਆ ਜਾਏਗਾ ਜਾਂ ਉਸ ਤਰ੍ਹਾਂ ਜਿਹੜਾ ਹੈਗਾ ਕੋਈ ਨਵੇਂ ਪੱਧਰ ਦਾ ਜਿਸ ਕੋਈ ਨਵਾਂ ਜਿਹੜਾ ਰੂਪਰੇਖਾ ਤਿਆਰ ਕੀਤੀ ਹੈ ਰਸਤੇ 'ਚ ਕਿੱਥੇ ਰੁਕਿਆ ਜਾਏਗਾ ਇਹ ਬਣ ਗਿਆ ਹੈਗਾ ਜੀ ਪਲਾਨ ਸੰਗਤ ਨੂੰ ਸਾਡਾ ਪ੍ਰੋਗਰਾਮ ਜਿਹੜਾ ਹੁਣ ਤੱਕ ਬਣਿਆ ਉਹ ਤੇ ਇਹੀ ਹੈ ਵੀ ਇੱਥੋਂ ਸਪਾਈ ਮਹਾ ਸਿੰਘ ਹਾਲ ਤੋਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਛਤਰਛਾਇਆ ਹੇਠ ਇਹ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਜਾਵੇਗੀ ਤੇ ਰਸਤੇ ਉਚ ਥਾਵਾਂ ਥਾਵਾਂ ਤੇ ਹੁੰਦਿਆਂ ਜਿਹੜਾ ਸਿੱਧਾ 메ਨ ਰੋਡ ਬਠਿੰਡੇ ਜਾਂਦਾ ਜੀ ਬਠਿੰਡੇ ਤੋਂ ਸ੍ਰੀ ਦਮਦਮਾ ਸਾਹਿਬ ਇਹੀ ਸਾਡਾ ਰੂਟ ਆ ਹੋਰ ਸਾਡਾ ਕੋਈ ਪ੍ਰੋਗਰਾਮ ਨਹੀਂ ਨਾ ਕੋਈ ਪਿੰਡਾਂ ਦਾ ਹੋਰ ਆ ਜਿਹੜੇ ਰਸਤੇ 'ਚ ਪਿੰਡ 메ਨ ਰੋਡ ਤੇ ਆਉਣਗੇ ਉਹਨਾਂ ਸੰਗਤਾਂ ਨੂੰ ਅਸੀਂ ਜ਼ਰੂਰ ਬੇਨਤੀ ਕਰਾਂਗੇ ਵੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦਾ ਜਿਓ ਐ ਕਹਿਣ ਵਾਸਤੇ ਸੰਗਤਾਂ ਹੋਮਾ ਮਾ ਕੇ ਪਹੁੰਚਣ ਸਿੰਘ ਸਾਹਿਬ ਜੀ ਇੱਕ ਜਿਹੜਾ ਹੈਗਾ ਮਤਲਬ ਇਹਨਾਂ ਦਿਨਾਂ ਦੇ ਵਿੱਚ ਕਾਫੀ ਰਾਜਨੀਤਿਕ ਤੌਰ ਤੇ ਭਾਈ ਹਰਮਨਪਾਲ ਸਿੰਘ ਦੇ ਮੁੱਦੇ ਨੂੰ ਬੜਾ ਉਭਾਰਿਆ ਗਿਆ ਰਾਜ ਕਰਨ ਵਾਲੀ ਪਾਰਟੀ ਵਿਰੋਧੀ ਪਾਰਟੀਆਂ ਨੇ ਕਾਫੀ ਕਈ ਦਿਨ ਟੀਵੀ ਮੀਡੀਆ ਦੇ ਉੱਤੇ ਡਿਬੇਟਾਂ ਚੱਲਦੇ ਰਹੀਆਂ ਕੀ ਤੁਹਾਨੂੰ ਲੱਗਦਾ ਵੀ ਤੁਹਾਡੇ ਦੁਆਰਾ ਇਸ ਤੋਰੀ ਜਾਰੀ ਖਾਲਸਾ ਵਹੀਰ ਦੇ ਉੱਤੇ ਵੀ ਸਵਾਲ ਕੀਤੇ ਜਾਣਗੇ ਕਿਉਂਕਿ ਨਗਰਕੀਤਨ ਤੁਸੀਂ ਪਹਿਲਾਂ ਵੀ ਕੱਡੇ ਨੇ ਟਕਸਾਲ ਵੱਲੋਂ ਬਾਕੀ ਟਕਸਾਲ ਸਿੰਘ ਸਾਹਿਬ ਵੱਲੋਂ ਵੀ ਕੱਡੇ ਜਾਂਦੇ ਨੇ ਨਿਹੰਗ ਸਿੰਘਾਂ ਵੱਲੋਂ ਕੱਡੇ ਜਾਂਦੇ ਨੇ ਤਾਂ ਉਹਨਾਂ ਨੂੰ ਤੁਹਾਡਾ ਕੀ ਸੁਨੇਹਾ ਹੈਗਾ ਉਹਨਾਂ ਦੇ ਸਵਾਲ ਤੋਂ ਪਹਿਲਾਂ ਹੀ ਤੁਹਾਡਾ ਕੀ ਜਵਾਬ ਹੈ ਵੇਖੋ ਨਰੋਲ ਧਾਰਮਿਕ ਸਾਡਾ ਇਹ ਕਰਮ ਆ ਤੇ ਅੰਮ੍ਰਿਤ ਛਕਾਉਣਾ ਜਾਂ ਸਿੱਖੀ ਸਰੂਪ ਵਿੱਚ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਜੇ ਅਸੀਂ ਪੰਜਾਬ 'ਚ ਰਹਿ ਕੇ ਇੰਨਾ ਵੀ ਨਹੀਂ ਕੁਝ ਕਰ ਸਕਦੇ ਤੇ ਜਦੋਂ ਸਰਕਾਰ ਸਾਡੇ ਤੇ ਪਾਬੰਦੀਆਂ ਲਾਉਂਦੀ ਹੈ ਤੇ ਫਿਰ ਤਾਂ ਮੇਰੇ ਖਿਆਲ ਇਹ ਤਾਂ ਗੁਲਾਮੀ ਤਾਂ ਹੋਰ ਕੋਈ ਸਿੱਖਾਂ ਤੇ ਹੋ ਨਹੀਂ ਸਕਦੀ ਨਗਰ ਕੀਰਤਨ ਸਾਰੀਆਂ ਜਥੇਬੰਦੀਆਂ ਅੱਗੇ ਵੀ ਕੱਢਦੀਆਂ ਨੇ ਅਸੀਂ ਵੀ ਉਹੀ ਸ਼ੁਰੂਆਤ ਕਰਨੀ ਆ ਕਿਉਂਕਿ ਟਕਸਾਲ ਦਾ ਤਾਂ ਪ੍ਰਾਣਿਕ ਕਰਮ ਧਰਮ ਆ ਤੇ ਉਹ ਹੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਵੀ ਵਿੱਚ ਸ਼ਾਮਲ ਹੋਣ ਵਾਸਤੇ ਅਸੀਂ ਬੇਨਤੀ ਕੀਤੀ ਹੈ ਜਦੋਂ ਸ਼ੁਰੂਆਤ ਕਰਨੀ ਸੀ ਅਸੀਂ ਪਹਿਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਸਾਰਿਆਂ ਨੂੰ ਅਸੀਂ ਹੋਰ ਜਥੇਬੰਦੀਆਂ ਨੂੰ ਵੀ ਅਸੀਂ ਇਹ ਦੱਸਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨਾਲ ਵੀ ਵਿਚਾਰ ਹੋਈ ਸੀ ਭਈ ਇਸ ਤਰ੍ਹਾਂ ਪ੍ਰੋਗਰਾਮ ਬਣਾ ਰਹੇ ਹਾਂ ਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਔਰ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ ਇਹ ਸਾਰਾ ਪ੍ਰੋਗਰਾਮ ਜਿਹੜਾ ਸਾਂਝਾ ਇਹ ਪ੍ਰੋਗਰਾਮ ਬਣਾ ਰਹੇ ਹਾਂ ਤੇ ਉਲੀਕਿਆ ਹੈ ਜੀ ਸ਼ਾਮਲ ਹੋਣਗੇ ਅੰਦਾਜ਼ਾ ਲਾਇਆ ਜਾ ਸਕਦਾ ਸ਼ਰੋਮਣੀ ਕਮੇਟੀ ਦਿੱਲੀ ਕਮੇਟੀ ਜਾਂ ਬਾਕੀ ਸੰਸਥਾਵਾਂ ਵੀ ਇਸ ਸਫ਼ਰ ਦੇ ਵਿੱਚ ਸ਼ਾਮਲ ਹੋਣਗੀਆਂ ਵੇਖੋ ਅਸੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼ਰੋਮਣੀ ਕਮੇਟੀ ਨੂੰ ਜਾਂ ਦਿੱਲੀ ਕਮੇਟੀ ਨੂੰ ਹਰਿਆਣਾ ਕਮੇਟੀ ਨੂੰ ਹੋਰ ਜਥੇਬੰਦੀਆਂ ਨੂੰ ਸਾਰਿਆਂ ਨੂੰ ਅਸੀਂ ਪਹਿਲਾਂ ਵੀ ਬੇਨਤੀਆਂ ਕੀਤੀਆਂ ਨੇ ਅਸੀਂ ਆਪਣੇ ਤੌਰ ਤੇ ਹੁਣ ਵੀ ਉਹਨਾਂ ਨੂੰ ਬੇਨਤੀ ਕਰਾਂਗੇ ਤੁਹਾਡੇ ਮਾਧਿਅਮ ਰਾਹੀਂ ਵੀ ਬੇਨਤੀ ਕਰਦੇ ਆਂ ਵੀ ਸਾਰੇ ਵੀਰੇ ਚ ਸ਼ਾਮਲ ਹੋਵੋ ਸਾਰੀਆਂ ਜਥੇਬੰਦੀਆਂ ਨੂੰ ਸ਼ਾਮਲ ਹੋਣਾ ਚਾਹੀਦਾ ਇਕੱਲੇ ਤੋਂ ਇਕੱਲੇ ਬੰਦੇ ਦਾ ਕੰਮ ਨਹੀਂ ਧਰਮ ਪ੍ਰਚਾਰ ਦਾ ਕੰਮ ਸਾਰਿਆਂ ਨੂੰ ਸਾਨੂੰ ਇੱਕ ਦੂਜੇ ਦਾ ਸਹਿਯੋਗ ਦੇਣਾ ਚਾਹੀਦਾ ਕੌਣ ਆਉਂਦਾ ਕੌਣ ਨਹੀਂ ਆਉਂਦਾ ਇਹ ਤਾਂ ਹੁਣ ਸਮਾਂ ਦੱਸੇਗਾ ਜੀ ਸਿੰਘ ਸਾਜੀ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਜਦੋਂ ਆਗਾਜ਼ ਹੁੰਦਾ ਦੀਪ ਸਿੰਘ ਸਿੱਧੂ ਸੀਓ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਨੂੰ ਜਿਹੜੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਪੰਜਾਬ ਵਿੱਚ ਨਸ਼ਾ ਬਹੁਤ ਹੈ ਮਾਝੇ ਵਿੱਚ ਵੀ ਹੈ ਦੁਆਬੇ ਵਿੱਚ ਵੀ ਹੈ ਇਸ ਇਲਾਕੇ ਜਿੱਥੋਂ ਦਾ ਆਪਣਾ ਇਲਾਕਾ ਸ੍ਰੀ ਮੁਕਤਸਰ ਸਾਹਿਬ ਇੱਥੇ ਵੀ ਹੈਗਾ ਕੀ ਲੱਗਦਾ ਲੋਕ ਦੁਖੀ ਸੀ ਨਸ਼ੇ ਦੀ ਮਾਰ ਤੋਂ ਜਿੰਨੀਆਂ ਭੈਣਾਂ ਦੇ ਭਰਾ ਚਲੇ ਗਏ ਜਿੰਨਾਂ ਪਤਨੀਆਂ ਦੇ ਸੁਹਾਗ ਜਿਹੜੇ ਜਿੰਨਾਂ ਮਾਮਾ ਦੇ ਜਵਾਨ ਪੁੱਤ ਮਰ ਗਏ ਉਹਨਾਂ ਨੇ ਮਤਲਬ ਅਮਰਪਾਲ ਸਿੰਘ ਤੇ ਭਰੋਸਾ ਕਰ ਲਿਆ ਉਸ ਤੋਂ ਬਾਅਦ ਚਲੋ ਜੋ ਵੀ ਵਰਤਾਂਤ ਹੋਇਆ ਸਾਨੂੰ ਪਤਾ ਤਾਂ ਕੀ ਅਜੇ ਵੀ ਨਸ਼ਾ ਜਿਹੜਾ ਹੈਗਾ ਉਸ ਤਰ੍ਹਾਂ ਹੀ ਲਗਾਤਾਰ ਜਾਰੀ ਹੈ ਕਿ ਲੱਗਦਾ ਵੀ ਇਸ ਵੀਰ ਦੇ ਨਾਲ ਜਿਹੜਾ ਹੈਗਾ ਫਿਰ ਲੋਕ ਉਸ ਤਰ੍ਹਾਂ ਹੀ ਤੁਹਾਡਾ ਸਾਥ ਦੇਣਗੇ ਕਿਉਂਕਿ ਲੋਕ ਤੇ ਤਰਾ-ਤਰਾ ਕਰ ਰਹੇ ਨੇ ਜੇ ਸਰਕਾਰ ਨੇ ਕਿਹਾ ਸੀ ਨਸ਼ਾ ਬੰਦ ਕਰਾਂਗੇ ਲੋਕਾਂ ਨੇ ਕੈਪਟਨ ਸਾਹਿਬ ਦੀ ਸਰਕਾਰ ਬਣਾਈ ਸੀ ਵੀ 4 ਹਫ਼ਤੇ ਸ਼ਾਇਦ ਲੱਕ ਤੋੜ ਦੇਣਗੇ ਪਰ ਸਾਨੂੰ ਪਤਾ ਵੀ ਗਿੱਟਾ ਵੀ ਟੁੱਟਾ ਪੈਲੋਤਾ ਪੰਥ ਪੰਥ ਕਹਿਣ ਵਾਲੇ ਸਾਡੇ ਵੀਰਾਂ ਦੀ ਸਰਕਾਰ ਰਹੀ ਮੇਰਾ ਖਿਆਲ ਹੈ ਜਿੰਨਾ ਧਰਮ ਦਾ ਨੁਕਸਾਨ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਅਕਾਲੀ ਸਰਕਾਰ ਵੇਲੇ ਹੋਇਆ ਉਹ ਕਿਸੇ ਵੇਲੇ ਵੀ ਨਹੀਂ ਹੋਇਆ ਜਿੱਥੋਂ ਤੱਕ ਇਨਸਾਫ ਦਾ ਸਬੰਧ ਸੀ ਅੱਜ ਤੱਕ ਨਹੀਂ ਮਿਲਿਆ ਤੇ ਆਉਣ ਵਾਲੇ ਸਮੇਂ 'ਚ ਮਿਲਣ ਦੀ ਸੰਭਾਵਨਾ ਕੋਈ ਨਹੀਂ ਫਿਰ ਕੈਪਟਨ ਸਾਹਿਬ ਦੀ ਸਰਕਾਰ ਉਹਨਾਂ ਨੇ ਗੁਟਕਾ ਫੜ ਕੇ ਦਮਦਮਾ ਸਾਹਵਲ ਹੱਥ ਕਰਕੇ ਕਿਹਾ ਸੀ ਮੈਂ 1 ਮਹੀਨੇ 'ਚ ਨਸ਼ਾ ਮੁਕਤ ਕਰ ਦਿਆਂਗਾ ਪੰਜਾਬ ਨੂੰ ਤੇ ਉਹ ਸਿਆਸਤਦਾਨ ਬੰਦਿਆਂ ਦੀਆਂ ਸੌਵਾਂ ਵੀ ਇਹੋ ਜਿਹੀਆਂ ਹੁੰਦੀਆਂ ਨੇ ਲੇਕਿਨ ਕੋਈ ਫਰਕ ਨਹੀਂ ਪਿਆ ਪੰਜਾਬ ਨੂੰ 5 ਸਾਲਾਂ ਦੇ ਅੰਦਰ ਨਸ਼ਾ ਜਿਉਂਦਾ ਤਿਉਂ ਵਿਕਦਾ ਰਿਹਾ ਫਿਰ ਲੋਕਾਂ ਨੂੰ ਆម ਇਹ ਸੀਪੀ ਮਾਵਾ ਨੂੰ ਆਪਣੇ ਬਜ਼ੁਰਗਾਂ ਨੂੰ ਹੁੰਦਾ ਵੀ ਸਾਡੇ ਬੱਚੇ ਵੱਜ ਰਹਿਣਗੇ ਕਾਲੀਆਂ ਨੇ ਕੁਝ ਨਹੀਂ ਕੀਤਾ ਕਾਂਗਰਸ ਨੇ ਕੁਝ ਨਹੀਂ ਕੀਤਾ ਸ਼ਾਇਦ ਆਪ ਵਾਲਿਆਂ ਨੂੰ ਵੇਖ ਲਈਏ ਲੋਕਾਂ ਨੂੰ ਬੜਾ ਇਸ ਗੱਲ ਦਾ ਚਾ ਸੀਪੀ ਅਸੀਂ ਆਪ ਵਾਲਿਆਂ ਨੂੰ ਮੌਕਾ ਦਈਏ ਤੇ ਆਉਂ ਬੰਦੇ ਜਿਹੜੇ ਸਧਾਰਨ ਜਿੰਨੂੰ ਟਿਕਟ ਮਿਲ ਗਈ ਉਹ ਵੀ ਜਿੱਤ ਗਿਆ ਵੱਡੇ ਵੱਡੇ ਥੰਮ ਡਿੱਗ ਪਏ ਤੇ ਲੋਕਾਂ ਦਾ ਉਹ ਵੀ ਮੇਰੇ ਖਲ ਸਾਲ ਚ ਸ਼ੌਂਕ ਪੂਰਾ ਹੋ ਗਿਆ ਤੇ ਉਹ ਭਗਵੰਤ ਮਾਨ ਦੀ ਸਰਕਾਰ ਨੇ ਵੀ ਜਲੂਸ ਕੜ ਕੇ ਰੱਖਦਾ ਦਰ ਹਕੀਕਤ ਜਿਹੜੀ ਪੰਜਾਬ ਆ ਇਹਨੂੰ ਸਾਰੇ ਜਿਹੜੇ ਸਿਆਸਤਦਾਨ ਨੇ ਮੈਂ ਜੋ ਸਮਝਦਾ ਇਹਨੂੰ ਖਤਮ ਕਰਨ ਤੇ ਤੁਲੇ ਨੇ ਸੈਂਟਰ ਦੀਆਂ ਸਰਕਾਰਾਂ ਹੋਣ ਸਾਡੀਆਂ ਸਰਕਾਰਾਂ ਹੋਣ ਪੰਜਾਬ ਨੂੰ ਤਬਾਹ ਕਰਨਾ ਹੈ ਕਿ ਸਾਡਾ ਬੱਚਾ ਉਹ ਨਸ਼ੇ ਖਾ ਖਾ ਕੇ ਮਰ ਗਿਆ ਤੇ ਜਦੋਂ ਨਸ਼ੇ ਕਿੱਥੋਂ ਆਉਂਦੇ ਨੇ ਤੇ ਆ ਪਿਛਲੇ ਦਿਨੀ ਇੱਕ ਕੋ ਵੱਡਾ ਅਫਸਰ ਪੁਲਿਸ ਦਾ ਉਹ ਦਾ ਵਿੱਚ ਹੱਥ ਮਨੋਂ ਆਮ ਭੁੱਲ ਗਿਆ ਉਹ ਦਾ ਵਿੱਚ ਹੱਥ ਆਇਆ ਤੁਸੀਂ ਆਮ ਪੁਲਿਸ ਵਾਲਿਆਂ ਦੀ ਇਨਕੁਆਰੀ ਕਰ ਲਓ ਪਿਛਲੇ ਸਮੇਂ ਚ ਲੀਡਰ ਸਾਡੇ ਬੰਦਿਆਂ ਦੇ ਪੰਥ ਪੰਥ ਕਹਿਣ ਵਾਲਿਆਂ ਦੇ ਨਾਂ ਲੱਗੇ ਵੀ ਚਿੱਟੇ ਦੇ ਵਪਾਰ ਕਰਦੇ ਨੇ ਪਤਾ ਸਾਰੇ ਲੋਕਾਂ ਨੂੰ ਹੈਗਾ ਤੇ ਉਹਦੇ ਨਾਲ ਲੋਕ ਜਿਹੜੇ ਨੇ ਸਾਡੇ ਨੌਜਵਾਨ ਬੱਚੇ ਜਿਹੜੇ ਨੇ ਉਹ ਸਿੱਖੀ ਤੋਂ ਦੂਰ ਜਾ ਰਹੇ ਨੇ ਤੇ ਜਿਹੜੇ ਇਹ ਨਸ਼ਿਆਂ ਦੀ ਦਲਦਲ ਚ ਫਸ ਪਾ ਕੇ ਇੱਕ ਇੱਕ ਬੱਚਾ ਮਾਪਿਆਂ ਦਾ ਉਹ ਵੀ ਮੌਤ ਦੇ ਮੂੰਹ ਚ ਪੈ ਰਿਹਾ ਤੇ ਪੰਜਾਬ ਇਸ ਵੇਲੇ ਜਿਹੜਾ ਉਹ ਕੇਵਲ ਸਤਿਗੁਰੂ ਕੋ ਬਾਹ ਫੜੇ ਤੇ ਫੜੇ ਲੇਕਿਨ ਸਿਆਸਤਦਾਨਾਂ ਨੇ ਕੁੱਲ ਮਿਲਾ ਕੇ ਇਦੋਂ ਨੁਕਸਾਨ ਪਹੁੰਚਾਇਆ ਹੈ ਅੱਜ ਵੀ ਪਹਚਾਰੇ ਨੇ ਬਹੁਤ ਵੱਡਾ ਪੰਜਾਬ ਦਾ ਜਵਾਨੀ ਦਾ ਨੁਕਸਾਨ ਹੋ ਰਿਹਾ ਹੈ ਇਹਨਾਂ ਗੱਲਾਂ ਤੋਂ ਸਾਨੂੰ ਸੁਚੇਤ ਹੋਣਾ ਚਾਹੀਦਾ ਸੀ ਪਰ ਕਿਸੇ ਸਰਕਾਰ ਨੇ ਇਸ ਬੰਨੇ ਕੋਈ ਨਸ਼ੇ ਮੁਕਤ ਕਰਕੇ ਜਾ ਧਰਮ ਦੀ ਮਾਨ ਮਰਿਆ ਦਾ ਹਰ ਬੰਦਾ ਆਪਣੇ ਧਰਮ ਚ ਰਵੇ ਅਸੀਂ ਆਪਣੇ ਧਰਮ ਚ ਰਹੀਏ ਦੂਜੇ ਵੀਰ ਆਪੋ ਆਪਣੇ ਧਰਮਾਂ ਚ ਰਹਿਣ ਚੰਗਾ ਪੰਜਾਬ ਸਿਰਜਣਾ ਚਾਹੀਦਾ ਸੀ ਪਰ ਉਹ ਗੱਲ ਬਣ ਨਹੀਂ ਸਕੀ ਕਿਸੇ ਉਹ ਨਸ਼ੇ ਦੀ ਤੁਸੀਂ ਗੱਲ ਕੀਤੀ ਹੈ ਅਜੇ ਵੀ ਨਸ਼ਾ ਕਾਫੀ ਹੈ ਪਿੰਡਾਂ ਦੇ ਵਿੱਚ ਕਿਉਂਕਿ ਅਖਬਾਰਾਂ ਦੀਆਂ ਖਬਰਾਂ ਦੱਸਦੀਆਂ ਨੇ ਹਸਪਤਾਲਾਂ ਦੇ ਵਿੱਚੋਂ ਜਾਂਦੀਆਂ ਲਾਸ਼ਾਂ ਦੱਸਦੀਆਂ ਵੀ ਨਸ਼ਾ ਵੇਚ ਰਿਹਾ ਹੈ ਕਿ ਇਸ ਖਾਲਸਾ ਵੀ ਰਹੀ ਪੰਜਾਬ ਦੀ ਮੌਜੂਦਾ ਸਰਕਾਰ ਜਿਹੜੀ ਬੜੇ ਵੱਡੇ ਮਾਰਜਨ ਨਾਲ ਜਿੱਤੀ ਹੈ ਔਰ ਆਮ ਘਰਾਂ ਦੇ ਜਿਹੜਾ ਤੁਸੀਂ ਕਹਿੰਦੇ ਲੋਕ ਜਿਹੜੇ ਜਿੱਤੇ ਨੇ ਲੋਕਾਂ ਨੇ ਭਰੋਸਾ ਕੀਤਾ ਇਸ ਗੱਲ ਤੇ ਵੀ ਜ਼ੋਰ ਦਿੱਤਾ ਜਾਊਗਾ ਵੀ ਘੱਟੋ ਘੱਟ ਜਿਹੜਾ ਹੁਣ ਵੀ ਨਸ਼ਾ ਜੇ ਆ ਰਿਹਾ ਕਿੱਥੋਂ ਆ ਰਿਹਾ ਉਹਦੀ ਜਿਹੜੀ ਜਾਂਚ ਕੀਤੀ ਜਾਵੇ ਇਸ ਖਾਲ ਕਿਉਂਕਿ ਖਾਲਸਾ ਸ਼ੁੱਧ ਹੈ ਤਾਂ ਪੰਜਾਬ ਦੇ ਸਾਰੇ ਲੋਕ ਜਿਹੜੇ ਆ ਗੁਰੂ ਨਾਨਕ ਪਾਤਸ਼ਾਹ ਉਹ ਸਿੱਖਾਂ ਦਾ ਮੁੰਡਾ ਉਹਦੀ ਗਰਬਤ ਜਾਊਗਾ ਕਿ ਹਿੰਦੂਆਂ ਦਾ ਜਾਊਗਾ ਸਾਰਿਆਂ ਦੇ ਮਰ ਰਹੇ ਨੇ ਤੇ ਕਹਿੰਦੇ ਰਹੀ ਇਸ ਗੱਲ ਦੇ ਵੀ ਜੋਰ ਦਿੱਤਾ ਜਾਊਗਾ ਜੀ ਵੇਖੋ ਧਰਮ ਪ੍ਰਚਾਰ ਦਾ ਮਤਲਬ ਤੇ ਇਹੀ ਹੈ ਨਾ ਜੀ ਅਸੀਂ ਤਾਂ ਸਾਰੇ ਵੀਰਾਂ ਨੂੰ ਧਰਮ ਦਾ ਭਾਵੇਂ ਦਾ ਸਵਾਲ ਹੀ ਕੋਈ ਨਹੀਂ ਜੀ ਕੋਈ Hindu ਵੀਰ ਆ ਕੋਈ ਮੁਸਲਮਾਨ ਵੀਰ ਆ ਕੋਈ ਇਸਾਈ ਆ ਕਿਸੇ ਧਰਮ ਦਾ ਵੀ ਆ ਜਿਹੜਾ ਨਸ਼ਾ ਖਾ ਖਾ ਕੇ ਆਪਣੀ ਜਵਾਨੀ ਬਰਬਾਦ ਕਰ ਰਿਹਾ ਅਸੀਂ ਤਾਂ ਸਾਰੇਆਂ ਨੂੰ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਬੋ ਸਤਿਗੁਰੂ ਦਾ ਸੰਦੇਸ਼ ਆ ਇਸ ਕਰਕੇ ਅਸੀਂ ਤੇ ਸਾਰੇ ਪੰਜਾਬ ਵਾਸੀਆਂ ਨੂੰ ਇਹ ਪੁਰਜ਼ੋਰ ਬੇਨਤੀ ਕਰਾਂਗੇ ਕਿ ਨਸ਼ੇ ਤੋਂ ਮੁਕਤ ਹੋਵੋ ਆਪੋ ਆਪਣੇ ਧਰਮਾਂ ਚ ਪਰਪਕਤਾ ਨਾਲ ਰਹਿ ਕੇ ਮਾਨ ਮਰਿਆ ਦਾ ਕਾਇਮ ਰੱਖੋ ਜਿਹੜੀ ਥਾਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ ਇਹਨੂੰ ਵੀ ਠੱਲ ਪਾਈ ਜਾ ਸਕੇ ਮੇਰਾ ਆਖਰੀ ਸਵਾਲ ਹੈ ਖਾਲਸਾ ਵੀਰ ਸ੍ਰੀ ਮੁਖਸਰ ਸਾਹਿਬ ਤੋਂ 13 ਮਾਰਚ ਨੂੰ ਸ਼ੁਰੂ ਹੋਏਗੀ 15 ਨੂੰ ਤੱਕ ਸ੍ਰੀ ਦਮਦਮਾ ਸਾਹਿਬ ਪਹੁੰਚੇਗੀ ਕਿ ਇਸ ਤੋਂ ਬਾਅਦ ਅੱਗੇ ਦੇ ਪੜਾਅ ਵੀ ਆਰੰਭੇ ਜਾਣਗੇ ਨਹੀਂ 13 ਨੂੰ ਆਰੰਭ ਕਰਾਂਗੇ 14 ਨੂੰ ਐਤਵਾਰ ਉੱਥੇ ਅਮਰਤ ਸੰਚਾਰ ਉੱਥੇ ਹੁੰਦਾ ਹੈ ਜੀ ਤੇ ਅਸੀਂ ਚਾਹਵਾਂਗੇ ਵੀ ਤਖਤ ਸਾਹਿਬ ਦੇ ਪੰਜ ਪਿਆਰੇ ਜਿਹੜੇ ਅਮਰਤ ਛਕਾਉਂਦੇ ਨੇ ਸੰਗਤਾਂ ਨੂੰ ਉਹਦੇ ਚ ਵਹੀਰ ਵਿੱਚ ਜਿਹੜਾ ਧਰਮ ਪ੍ਰਚਾਰ ਅਸੀਂ ਕਰਾਂਗੇ ਜਾਂ ਸੰਗਤਾਂ ਨੂੰ ਪਹਿਲਾਂ ਵੀ ਬੇਨਤੀ ਕਰਾਂਗੇ ਤੇ ਵੱਡੀ ਪੱਧਰ ਤੋਂ ਉੱਥੇ ਅਮਰਤ ਸੰਚਾਰ ਹੋਵੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਹ ਪ੍ਰੋਗਰਾਮ ਜਿਹੜਾ ਉਹ ਮਾਝੇ ਚ ਵੀ ਦੁਆਬੇ ਚ ਵੀ ਜਿੱਥੇ ਜਿੱਥੇ ਸੰਗਤਾਂ ਮੰਗ ਕਰਨਗੀਆਂ ਕਿਉਂਕਿ ਧਰਮ ਪ੍ਰਚਾਰ ਹੀ ਸਾਡਾ ਕਰਮ ਆ ਨਰੋਲ ਸਿੱਖੀ ਦਾ ਪ੍ਰਚਾਰ ਪ੍ਰਸਾਰ ਨਸ਼ਿਆਂ ਤੋਂ ਮੁਕਤ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਇਹ ਪ੍ਰਚਾਰ ਕਰਨਾ ਸਾਡਾ ਕਰਮ ਆ ਤੋਂ ਅਸੀਂ ਕਰਾਂਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਇਸਨ ਸਿੰਘ ਸੇਵ ਗਿਆਨੀ ਰਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ ਸੰਗਰਾਵਾਂ ਤੋਂ ਖਾਲਸਾ ਵੀਰ ਜਿਹੜੀ ਹੈ ਸ੍ਰੀ ਮੁਖਸ਼ਰ ਸਾਹਿਬ ਤੋਂ 13 ਮਾਰਚ 2023 ਨੂੰ ਜਿਹੜੀ ਹੈ ਉਹ ਸ਼ੁਰੂ ਹੋ ਰਹੀ ਹੈ ਤਾਂ ਐਸਨ ਸਿੰਘ ਸਹਿਬ ਗਿਆਨੀ RAM ਸਿੰਘ ਜੀ ਮੁਖੀ ਦਮਦਮੀ ਟਕਸਾਲ ਸੰਗਰਾਵਾ 13 ਮਈ 2023 ਤੋਂ ਖਾਲਸਾ ਵਹੀਰ ਜਿਹੜੀ ਹੈ ਸ੍ਰੀ ਮੁਕਸਰ ਸਾਹਿਬ ਤੋਂ ਸ਼ੁਰੂ ਹੋ ਰਹੀ ਹੈ ਤੱਕ ਸ੍ਰੀ ਦਮਦਮਾ ਸਾਹਿਬ ਜਿਹੜਾ ਹੈਗਾ ਉਹ ਜਾ ਕੇ ਸਮਾਪਤ ਹੋਵੇਗੀ ਪੰਜਾਬ ਦੇ ਵਿੱਚ ਜਿੱਥੇ ਵੀ ਨਸ਼ੇ ਦੀ ਚੁੰਗਲ ਦੇ ਵਿੱਚ ਮਾਵਾ ਦੇ ਪੁੱਤ ਫਸੇ ਨੇ ਭੈਣਾਂ ਦੇ ਭਾਈ ਫਸੇ ਨੇ ਉਹ ਜਿਹੜੇ ਨੇ ਇਸ ਜਿਹੜਾ ਖਾਲਸਾ ਵਹੀਰ ਰਹੀਂ ਜਿਹੜਾ ਹੈਗਾ ਉਹਨਾਂ ਨੂੰ ਇੱਕ ਸਨੇਹਾ ਪਿਛਲੇ ਸਮੇਂ ਭਾਈ ਅਮਰਤਪਾਲ ਸਿੰਘ ਦੁਆਰਾ ਦਿੱਤਾ ਗਿਆ ਬੜੀ ਵੱਡੀ ਗਿੰਟੀ 'ਚ ਨੌਜਵਾਨ ਜਿਹੜੇ ਆ ਪੰਜਾਬ ਦੇ ਉਹ ਉਹਨਾਂ ਦੇ ਜਿਹੜਾ ਜੱਲੂਪੁਰ ਖੇੜਾ 'ਚ ਵੀ ਸ਼ਾਮਲ ਹੁੰਦੇ ਰਹੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਕਈਆਂ ਨੇ अनेਕਾਂ ਨੇ ਨਸ਼ਾ ਛੱਡਿਆ ਵੀ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਵੀਰ ਮੇਰੇ ਦਾ ਨਸ਼ਾ ਛਡਵਾ ਦਿਓ ਕੋਈ ਮਾਵਾ ਉੱਥੇ ਜਾ ਜਾ ਕਹਿੰਦੀਆਂ ਸੀ ਮੇਰੇ ਪੁੱਤ ਦਾ ਨਸ਼ਾ ਛਡਾ ਦਿਓ ਤੇ ਦੁਖੀ ਬੰਦਾ ਸਹਾਰਾ ਤੱਕਦਾ ਦੁਖੀ ਬੰਦਾ ਸਹਾਰਾ ਇੰਨਾ ਕਿ ਤੱਕਦਾ ਵੀ ਉਹ ਵੋਟਾਂ ਦੇ ਰੂਪ ਦੇ ਵਿੱਚ ਸਪੋਰਟ ਦੇ ਰੂਪ ਦੇ ਵਿੱਚ ਪੈਸੇ ਦੇ ਰੂਪ ਦੇ ਵਿੱਚ ਕਿਸੇ ਵੀ ਬੰਦੇ ਦਾ ਸਮਰਥਨ ਕਰ ਦਿੰਦਾ ਇਥੋਂ ਤੱਕ ਕਿ ਕਈ ਸਰਕਾਰਾਂ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਬੰਦ ਕਰਨ ਦੇ ਨਾਮ ਦੇ ਉੱਤੇ ਬਣ ਗਈਆਂ ਨੇ ਤਾਂ ਇਸ ਖਾਲਸਾ ਵੀਰਾਂ ਜਿਹੜਾ ਸਿੰਘ ਸਾਹਿਬ ਜੀ ਗਿਆਨੀ ਰਾਮ ਸਿੰਘ ਜਿਹੜੇ ਦਮਦਮੀ ਟਕਸਾਲ ਸਗਰਾਵਾਂ ਦੇ ਮੁਖੀ ਨੇ ਉਹਨਾਂ ਕਹਿੰਦੇ ਕਿ ਕਰਮ ਧਰਮ ਹੈ ਦਮਦਮੀ ਟਕਸਾਲ ਦਾ ਧਰਮ ਦਾ ਸਿੱਖੀ ਦਾ ਪ੍ਰਚਾਰ ਕਰਨਾ ਤਾਂ ਇਹ ਕੀਤਾ ਜਾਏਗਾ ਸ਼ੁਕਰੀਆ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ